ਹਾਂ ਦੇ ਦਿੱਤਾ ਕਿਉਂਕਿ ਦਿਸ ਵਾਜ਼ ਦਾ ਰਾਈਟ ਟਾਈਮ। ਪਹਿਲਾਂ ਲੋਕ ਜਿਹੜੇ ਮੈਨੂੰ ਨੈਤਿਕਤਾ ਸਿਖਾਉਂਦੇ ਸੀਗੇ ਉਹਨਾਂ ਨੂੰ ਹੁਣ ਨੈਤਿਕਤਾ ਦਾ ਜਵਾਬ ਮਿਲ ਗਿਆ ਵਾ। ਆਪਣੀ ਵਿਧਾਇਕੀ ਤੋਂ ਅਸਤੀਫਾ ਦੇਣ ਤੋਂ ਬਾਅਦ ਸੁਖਪਾਲ ਖਹਿਰਾ ਹੁਣ ਕੈਮਰੇ ਅੱਗੇ ਆਏ ਨੇ। ਉਹਨਾਂ ਵੱਲੋਂ ਅਸਤੀਫਾ ਕਿਉਂ ਦਿੱਤਾ ਗਿਆ ਸਾਰੀਆਂ ਗੱਲਾਂ ਉਹਨਾਂ ਨੇ ਆਪਣੇ ਮੂੰਹੋਂ ਦੱਸੀਆਂ। ਤੁਹਾਨੂੰ ਦੱਸ ਦਈਏ ਕਿ ਸੁਖਪਾਲ ਖਹਿਰਾ ਬਠਿੰਡਾ ਤੋਂ ਲੋਕ ਸਭਾ ਦੇ ਉਮੀਦਵਾਰ ਨੇ। ਹਰਸਿਮਰਤ ਨੂੰ ਟੱਕਰ ਦੇਣ ਲਈ PDA ਵੱਲੋਂ ਚੋਣ ਮੈਦਾਨ 'ਚ ਉਤਾਰੇ ਗਏ ਸੀ। ਬਾਕੀ ਤੁਸੀਂ ਆਪ ਸੁਣੋ ਖਹਿਰਾ ਵੱਲੋਂ ਅਸਤੀਫਾ ਕਿਉਂ ਦਿੱਤਾ ਗਿਆ। ਦੇ ਦਿੱਤਾ ਕਿਉਂਕਿ ਦਿਸ ਵਾਜ਼ ਦਾ ਰਾਈਟ ਟਾਈਮ। ਪਹਿਲਾਂ ਲੋਕ ਜਿਹੜੇ ਮੈਨੂੰ ਨੈਤਿਕਤਾ ਸਿਖਾਉਂਦੇ ਸੀਗੇ ਉਹਨਾਂ ਨੂੰ ਹੁਣ ਨੈਤਿਕਤਾ ਦਾ ਜਵਾਬ ਮਿਲ ਗਿਆ ਵਾ। ਮੈਂ ਕੱਲ੍ਹ ਬਠਿੰਡੇ ਤੋਂ ਲੋਕ ਸਭਾ ਦੇ ਪੇਪਰ ਫਾਈਲ ਕਰਨੇ, ਇਸ ਲਈ ਆਈ ਨਿਊ ਵੈਂਟ ਟੂ ਰਿਜ਼ਾਈਨ ਔਰ ਕਿੱਦਾਂ ਰਿਜ਼ਾਈਨ ਕਰਨਾ ਅਤੇ ਕਿਹੜੇ ਕਿਹੜੇ ਇਸ਼ੂਜ਼ ਦੇ ਉੱਤੇ ਰਿਜ਼ਾਈਨ ਕਰਨਾ, ਮੈਂ ਆਪਣਾ ਅਸਤੀਫਾ ਭੇਜ ਚੁੱਕਾ। ਇਹ ਕਾਰਨ ਤਾਂ ਨਹੀਂ ਸੀ ਕਿ ਜਿਹੜੇ ਉੱਥੋਂ ਉਮੀਦਵਾਰ ਨੇ ਬਲਜਿੰਦਰ ਕੌਰ ਉਹਨਾਂ ਵੱਲੋਂ ਬਾਰ ਬਾਰ ਇਹ ਕਿਹਾ ਜਾ ਰਿਹਾ ਕਿ ਤੁਸੀਂ ਵਿਧਾਇਕ ਹੂ ਇਜ਼ ਬਲਜਿੰਦਰ ਸੁਖਬੀਰ ਬਾਦਲ ਨੂੰ ਖੁਦ ਇਲੈਕਸ਼ਨ ਲੜਨ ਲਈ ਆਉਣਾ ਪਿਆ ਕੀ ਕਹਿਣਾ? ਮੈਂ ਤੁਹਾਨੂੰ ਸਾਰੀ ਜਵਾਬ ਮੈਂ ਅੰਦਰ ਤਾਂ ਜਾ ਲੈਂਦੇ ਹਾਂ, ਨਹੀਂ ਮੇਰੀ ਪ੍ਰੋਬਲਮ ਹੈ ਨਾ, ਦੇਰ ਇਜ਼ ਟਾਈਮ ਬਾਉਂਡ। ਸਰ ਉਹ ਤਾਂ ਗੱਲ ਠੀਕ ਹੈ ਪਰ ਅਸੀਂ ਤੁਹਾਡੇ ਵਾਸਤੇ 2 ਘੰਟੇ ਖੜੇ ਹਾਂ, ਅਸੀਂ ਕਾਫੀ ਜਿਹਾ ਵੇਟ ਕਰ ਪੰਦਾ ਇੱਕ ਗੱਲ ਤਾਂ ਸਾਹਮਣੇ ਆ ਗਈ ਕਿ ਅਕਾਲੀ ਦਲ ਦੇ ਕੋਲ ਉਮੀਦਵਾਰਾਂ ਦੀ ਘਾਟ ਸੀਗੀ, ਉਹਨਾਂ ਨੂੰ ਆਪਣੇ ਪਰਿਵਾਰ ਦੇ 2 ਬੰਦੇ ਲੜਾਉਣੇ ਪਏ ਔਰ ਜਿਹੜਾ ਢੀਂਡਸਾ ਵੀ ਖੜਾ ਕੀਤਾ ਉਹ ਪਰਿਵਾਰ ਦੇ ਵਿੱਚ ਦਰਾਰ ਪਾ ਕੇ ਪਿਓ ਪੁੱਤ ਦੀ ਲੜਾਈ ਕਰਾ ਕੇ ਔਰ ਜਿਹੜੀ ਜਗਮੀਤ ਕੌਰ ਖੜੀ ਕੀਤੀ ਉਹ ਇੱਕ ਦਾਗੀ ਔਰਤ ਜਿਸ ਔਰਤ ਨੂੰ ਸਜ਼ਾ ਹੋ ਚੁੱਕੀ ਹੈ, ਜਿਸ ਔਰਤ ਦੇ ਉੱਤੇ ਆਪਣੇ ਲੜਕੀ ਨੂੰ ਮਾਰਨ ਦਾ ਦੋਸ਼ ਹੈ, ਜਿਹੜਾ DS ਗੁਰੂ ਖੜਾ ਕੀਤਾ ਫਰੋਮ ਫਤਿਹਗੜ੍ਹ ਸਾਹਿਬ ਉਹ ਨਕੋਦਰ ਪੁਲਿਸ ਫਾਇਰਿੰਗ ਵਿੱਚ ਇੰਡਾਈਟਿਡ ਹੈ। ਸੋ 4-5 ਉਮੀਦਵਾਰ ਇਹਨਾਂ ਦੇ ਵੈਸੇ ਹੀ ਜਿਹੜੇ ਉਹ ਅਨਪੋਪੂਲਰ ਇੰਡਾਈਟਿਡ ਨੇ। ਸੋ ਅਕਾਲੀ ਦਲ ਨੂੰ ਇਸ ਇਲੈਕਸ਼ਨ ਵਿੱਚ ਬੈਂਕਰਪਸੀ ਆ ਕੈਂਡੀਡੇਟ 'ਚ, ਉਹ ਤਾਂ ਸਾਹਮਣੇ ਆ ਗਈ ਗੱਲ ਤੁਹਾਡੀ ਸਾਰੀ। ਸਾਰੇ ਹੀ ਜਿਹੜੇ ਕੈਂਡੀਡੇਟ ਅਕਾਲੀ ਦਲ ਜਾਂ ਤਾਂ ਹਾਰੇ ਵਿਧਾਇਕ ਨੇ, ਕੋਈ ਇਹਨਾਂ 'ਚੋਂ ਜਿੱਤੂ ਉਮੀਦਵਾਰ ਹੈਗੇ ਨੇ? ਨਹੀਂ, ਮੈਂ ਇੱਦਾਂ ਨਹੀਂ ਕਹਿ ਸਕਦਾ ਕਿ ਕੌਣ ਜੇਤੂ ਕੌਣ ਹਾਰੂ, ਪਰ ਅਕਾਲੀ ਦਲ ਆਪਣੀਆਂ ਕੀਤੀਆਂ ਦਾ ਭੁਗਤ ਰਿਹਾ ਵਾ। ਜਿਸ ਢੰਗ ਦੇ ਨਾਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਵਿੱਚ ਮਦਦ ਕੀਤੀ ਦੋਸ਼ੀਆਂ ਦੀ ਔਰ ਦੋਸ਼ੀ ਪੁਲਿਸ ਵਾਲਿਆਂ ਨੂੰ ਬਹਿਬਲ ਕਲਾਂ ਗੋਲੀ ਕਾਂਡ ਵਾਲਿਆਂ ਨੂੰ ਬਚਾਇਆ, ਉਹਨਾਂ ਦੀ ਕੀਤੀ ਹੋਈ ਉਹਨਾਂ ਦੇ ਸਾਹਮਣੇ ਆ ਰਹੀ, ਜੋ ਬੀਜੋਗੇ ਉਹੀ ਵੱਢੋਗੇ ਨਾ। ਅੱਛਾ ਦੇਖ ਰਿਹਾ, ਅੱਜ ਮੈਂ ਖਡੂਰ ਸਾਹਿਬ ਤੋਂ ਪੇਪਰ ਫਾਈਲ ਕੀਤੇ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੇ, ਹੁਣ ਅਸੀਂ CPI ਦੇ ਕੈਂਡੀਡੇਟ ਅੰਮ੍ਰਿਤਸਰ ਤੋਂ ਭਰਵਾਉਣਾ ਹੈ, ਕੱਲ੍ਹ ਅਸੀਂ ਆਪਣੇ ਬਠਿੰਡਾ ਤੋਂ ਪੇਪਰ ਫਾਈਲ ਕਰ ਰਹੇ ਹਾਂ, ਅੱਜ ਡਾਕਟਰ ਗਾਂਧੀਗੜ੍ਹ। ਸੋ ਵੀ ਆਰ ਵੈਰੀ ਹੋਪਫੁੱਲ, ਅਸੀਂ ਅਕਾਲੀਆਂ ਕਾਂਗਰਸੀਆਂ ਵਾਂਗੂ ਨਾ ਹੰਕਾਰ ਅਤੇ ਨਾ ਝੂਠ ਬੋਲੀਏ, ਅਤੇ ਅਸੀਂ 13 ਜਿੱਤ ਕੇ ਉਹ ਕਹਿੰਦੇ ਅਸੀਂ 13-26 ਦਾ ਸਿੱਟਾ ਹੈ ਨਹੀਂ ਪੰਜਾਬ 'ਚ। ਸੋ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਇਸ਼ੂਜ਼ ਦੇ ਆਧਾਰ 'ਤੇ ਮੁੱਦਿਆਂ ਦੇ ਆਧਾਰ ਦੇ ਉੱਤੇ ਪੰਜਾਬ ਦੇ ਵਿੱਚ ਅੱਛੀ ਲੜਾਈ ਦਿਆਂ। ਹਾਈਕਮਾਂਡ ਵੱਲੋਂ ਇੱਕ ਤਾਨਾਸ਼ਾਹੀ ਫਰਮਾਨ ਜਾਰੀ ਕੀਤਾ ਗਿਆ ਕਿ ਜਿਹੜਾ ਵਿਧਾਇਕ ਆਪਣੇ ਜਾਂ ਮੰਤਰੀ ਹਾਰੇਗਾ ਉਹਨਾਂ ਨੂੰ ਬਰਖਾਸਤ ਕੀਤਾ ਜਾਏਗਾ। ਜਾਂ ਇੱਥੋਂ ਤਾਂ ਇਹੀ ਨਜ਼ਰ ਆਉਂਦਾ ਨੇ ਕਿ ਅਮਰਿੰਦਰ ਸਿੰਘ ਘਬਰਾਏ ਹੋਏ ਨੇ, ਉਹਨਾਂ ਨੂੰ ਆਪਣੀ ਮੰਤਰੀਆਂ ਅਤੇ ਵਿਧਾਇਕਾਂ ਦੀ ਪਰਫੋਰਮੈਂਸ 'ਤੇ ਸ਼ੱਕ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਮੈਂ 2 ਸਾਲ ਕੀਤਾ ਤਾਂ ਕੁਛ ਨਹੀਂ, ਚੋਰ ਨੂੰ ਤਾਂ ਪਤਾ ਹੁੰਦਾ ਕਿ ਮੈਂ ਚੋਰ ਹਾਂ, ਅਤੇ ਉਹਨਾਂ ਨੇ 2 ਸਾਲ ਟਾਈਮ ਜ਼ਾਇਆ ਕੀਤਾ ਵਾ, ਲੋਕਾਂ ਦੇ ਨਾਲ ਜਿਹੜੇ ਗੁਟਕਾ ਸਾਹਿਬ ਫੜ ਕੇ ਵਿਹਦੇ ਕੀਤੇ ਸੀ ਉਹ ਝੂਠੇ ਸਾਬਤ ਹੋਏ ਨੇ। ਸੋ ਹੁਣ ਉਹ ਆਪਣੇ ਵਿਧਾਇਕਾਂ ਨੂੰ ਅਤੇ ਮੰਤਰੀਆਂ ਨੂੰ ਜਿੱਦਾਂ ਡਰਾ ਧਮਕਾ ਕੇ ਅਤੇ ਹਰ ਕਿਸਮ ਦੇ ਹੱਥਕੰਡੇ ਵਰਤ ਕੇ ਡਿਫੈਕਸ਼ਨਾਂ ਕਰਾ ਕੇ ਦੂਜੀਆਂ ਪਾਰਟੀਆਂ 'ਚੋਂ ਬੰਦੇ ਤੋੜ ਕੇ ਆਇਆ ਰਾਮ ਗਿਆ ਰਾਮ ਦੀ ਪੋਲੀਟਿਕਸ ਨੂੰ ਪ੍ਰਮੋਟ ਕਰ ਰਹੇ ਆ, ਆਉਣ ਵਾਲੇ ਲੰਬੇ ਸਮੇਂ ਵਿੱਚ ਇਹਨਾਂ ਨੂੰ ਇਹਦਾ ਹਸ਼ਰ ਜਿਹੜਾ ਹੈਗਾ ਉਹ ਝੱਲਣਾ ਪਵੇਗਾ। ਅੱਛੀ ਲੜਾਈ ਆ, ਦੇਖੋ ਉਹਨਾਂ ਨੂੰ ਅਧਿਕਾਰ ਹੈ ਆਪਣੀ ਲੜਾਈ ਲੜਨ ਦਾ, ਜਿੱਥੋਂ ਚੱਕ ਹਰਸਿਮਰਤ ਆ ਉਹ ਤਾਂ ਦੋਸ਼ੀ, ਮੈਂ ਕਹਿ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ 10 ਸਾਲ ਅਕਾਲੀ ਦਲ ਨੇ ਲੁੱਟ ਅਤੇ ਕਸੁੱਟ ਕੀਤੀ, ਵੱਡੀ ਵੱਡੀ ਜਾਇਦਾਦਾਂ ਬਣਾਈਆਂ। ਰਾਜਾ ਵੜਿੰਗ ਨੋਨ ਸੀਰੀਅਸ ਕੈਂਡੀਡੇਟ ਹੈ, ਉਹ ਤੁਸੀਂ ਨੋਨ ਸੀਰੀਅਸ ਦੇਖੋਗੇ ਕਿ ਇੱਕ ਰਾਤ ਸੌਂ ਗਿਆ ਕਿਸੇ ਗਰੀਬ ਦੇ ਘਰ ਅਤੇ ਸਵੇਰੇ ਏਅਰ ਕੰਡੀਸ਼ਨ ਕਮਰੇ ਜਾ ਕੇ ਤਿਆਰ ਹੋ ਗਿਆ ਅਤੇ ਘੰਟੇ ਬਾਅਦ ਲੈਂਡ ਕਰੂਜ਼ਰ ਗੱਡੀ 1.5 ਕਰੋੜ 'ਚ ਬਹਿ ਕੇ ਸਵਾਰ ਹੋ ਗਿਆ। ਸੋ ਅਗਰ ਤੁਸੀਂ ਡਰਾਮੇ ਕਰਕੇ ਰਾਜਨੀਤੀ ਨੂੰ ਲੈ ਕੇ ਜਾਣਾ ਅੱਗੇ ਤੁਹਾਡੀ ਮਰਜ਼ੀ ਆ, ਬਟ ਪਾਰਲੀਮੈਂਟ ਇਜ਼ ਮੱਚ ਮੋਰ ਸੀਰੀਅਸ ਬਿਜ਼ਨਸ, ਇਟਸ ਅਬਾਊਟ ਐਜੂਕੇਸ਼ਨ, ਹੈਲਥ ਕੇਅਰ, ਇੰਪਲੋਇਮੈਂਟ, ਜਿਹੜੇ ਨਸ਼ੇ ਨੇ ਪੰਜਾਬ 'ਚ, ਜੋ ਕਿਸਾਨਾਂ ਦੀ ਆਤਮ ਹੱਤਿਆ ਉਹਦੇ ਬਾਰੇ ਤਾਂ ਕਾਂਗਰਸੀ ਗੱਲ ਹੀ ਨਹੀਂ ਕਰਦੇ, ਜਿਹੜੀ ਇੰਨੀ ਵੱਡੀ ਬੇਰੁਜ਼ਗਾਰੀ ਆ, ਜਿਹੜਾ ਚਿੱਟਾ ਵਾੜਤਾ ਸਾਡੇ ਸਮਾਜ, ਉਹਦੇ ਬਾਰੇ ਦੱਸਣ ਨਾ ਲੋਕਾਂ ਨੂੰ ਕਿ ਇਹਨਾਂ ਦਾ ਕੀ ਹੋਇਆ। ਉਹੀ ਮੈਂ ਕਿਹਾ ਨਾ ਕਿ ਡਰਾਮੇਬਾਜ਼ੀ ਹੈ ਨਾ ਜੀ, ਲੋਕਾਂ ਦੇ ਨਾਲ ਮਜ਼ਾਕ ਕਰਦੇ ਨੇ, ਇਹ ਅਸਲ 'ਚ ਉਹ ਬੰਦੇ ਨੇ ਜਿਹਨਾਂ ਨੂੰ ਬਿਨਾਂ ਕੁਛ ਕੀਤਿਆਂ MLA ਬਣ ਗਏ ਅਤੇ ਉਹਨਾਂ ਨੂੰ ਐਂ ਲੱਗਦਾ ਕਿ ਇਹ ਤਾਂ ਪੈਰ ਥੱਲੇ ਬਟੇਰਾ ਹੀ ਹੁੰਦਾ ਵਾ। ਸੋ ਦੇਅਰਫੋਰ ਦੇ ਆਰ ਨੋਨ ਸੀਰੀਅਸ ਪੋਲੀਟਿਕਸ। ਨੋਟਿਸ ਜਾਰੀ ਕੀਤਾ ਕਿਹੜਾ ਕਦੋਂ ਦੀ ਗੱਲ?